ਸਤਿ ਸ਼੍ਰੀ ਅਕਾਲ ਬਾਈ ਜੀ। ਹੁਣ ਆਪਾਂ ਪਵਾਰੀ ਤੋਂ ਚੱਲ ਚੁੱਕੇ ਹਾਂ ਮੋਰੰਗ ਵੱਲ। ਮੋਰੰਗ ਆਪਾਂ ਕਿਉਂ ਜਾ ਰਹੇ ਹਾਂ? ਕਿਉਂਕਿ ਉੱਥੇ ਅੰਦਰ ਇੱਕ ਰੋਡ ਮੁੜਦੀ ਹੈ, ਉਹ ਜਾਂਦੀ ਹੈ ਸਿੱਧਾ ਚਾਰੰਗ ਵੱਲ। ਗੂਗਲ ਮੈਪਸ ਦੇ ਉੱਤੇ ਉਹ ਰੋਡ ਐਗਜ਼ਿਸਟ ਕਰਦੀ ਹੈ ਲੰਬਰ ਤੱਕ। ਲੰਬਰ ਇੱਕ ਡੈਮ ਬਣ ਰਿਹਾ, ਉਹਦੇ ਕਰਕੇ ਰੋਡ ਐਗਜ਼ਿਸਟ ਕਰਦੀ ਹੈ, ਬਟ ਲੰਬਰ ਟੂ ਚਾਰੰਗ ਰੋਡ ਨਹੀਂ ਸ਼ੋ ਹੁੰਦਾ। ਸੋ ਬਟ ਦੈਟਸ ਓਕੇ, ਈਜ਼ੀ ਡਰਾਈਵ ਹੈ ਐਂਡ ਬਹੁਤ ਹੀ ਸੋਹਣੀ ਡਰਾਈਵ ਹੈ, ਜੋ ਕਿ ਬਹੁਤ ਯੂਨੀਕ ਵਿਊ ਦਿੰਦੀ ਹੈ ਕਿਨੌਰ ਦੇ ਹਿਡਨ ਜੈਮ ਵਿਲੇਜ ਦੇ ਵਿਊਜ਼ ਵੱਲ। ਐਂਡ ਇਹ ਹੈਗੀ ਹੈ ਕਿੰਨਰ ਕੈਲਾਸ਼, ਬਹੁਤ ਸੋਹਣਾ ਵਿਊ ਦਿਖ ਰਿਹਾ, ਨਾਈਸ ਅਲਟੀਮੇਟ ਥਿੰਗ। ਇਹ ਮੈਂ ਆਖਪਾ ਤੋਂ ਲੈ ਰਿਹਾ ਸ਼ੋਟ, ਆਖਪਾ ਜਸਟ ਅੱਗੇ ਜਾ ਕੇ ਆਪਣੇ ਇੱਧਰ ਲੈਫਟ ਸਾਈਡ 'ਤੇ, ਅਤੇ ਕਿੰਨਰ ਕੈਲਾਸ਼ ਜਿਹੜਾ ਦਰਸ਼ਨ ਕਰਨ ਜਾਂਦੇ ਉਹ ਦਰਖਤਾਂ ਪਿੱਛੇ ਆ। ਲੈਟਸ ਟੇਕ ਅ ਡਰੋਨ ਸ਼ੋਟ ਆਫ ਦਿਸ ਬਿਊਟੀਫੁਲ ਲੋਕੇਸ਼ਨ। ਸੋ ਇਹ ਜੀ ਆਖਪਾ ਬ੍ਰਿਜ। ਆਖਪਾ ਬ੍ਰਿਜ 2021 ਦੇ ਵਿੱਚ ਓਪਨ ਹੋਇਆ। ਇਸ ਤੋਂ ਪਹਿਲਾਂ ਇੱਕ ਪੁਰਾਣਾ ਬ੍ਰਿਜ ਹੁੰਦਾ ਸੀਗਾ, ਬੇਲੇ ਬ੍ਰਿਜ, ਅਤੇ ਬਹੁਤ ਖਤਰਨਾਕ ਬ੍ਰਿਜ ਸੀ ਕ੍ਰੋਸ ਕਰਨ ਨੂੰ। ਆਹ ਸਾਹਮਣੇ ਪੀਕਸ ਦਿਖ ਰਹੀਆਂ, ਆਖਪਾ ਤੋਂ ਰਾਈਟ ਸਾਈਡ 'ਤੇ ਕਨੂਰ ਰੰਗ ਸੈਂਟਰ 'ਚ ਇੱਕ ਪੀਕ ਹੈ ਜਿਹੜੀ ਆਈਡੈਂਟੀਫਾਈ ਕੀਤੀ ਹੈ। ਆਖਪਾ ਬ੍ਰਿਜ ਤੋਂ ਬਾਅਦ ਆਪਣਾ ਮੋਰੰਗ ਬਹੁਤ ਨੇੜੇ ਰਹਿ ਜਾਂਦਾ। ਜਿਹੜਾ ਪਿਛਲਾ ਬ੍ਰਿਜ ਸੀਗਾ ਬਹੁਤ ਵੀਕ ਸੀਗਾ ਉਹ, ਬਟ ਹਜੇ ਵੀ ਹੈਗਾ, ਜੇ ਤੁਸੀਂ ਇੱਥੇ ਜਾਓ ਤਾਂ ਬ੍ਰਿਜ 'ਤੇ ਚੜ੍ਹ ਕੇ ਤੁਰ ਕੇ ਦੇਖ ਸਕਦੇ ਹੋ। ਇਹਦੇ ਤੋਂ ਜਿੰਨੀ ਬਰਫ਼ ਪਿਘਲਦੀ ਹੈ ਉਹਦੇ ਥੱਲੇ ਆਉਂਦਾ ਇੱਕ ਝਰਨਾ, ਆ ਰਿਹਾ ਝਰਨਾ, ਬਹੁਤ ਦੂਰ ਹੈ ਸਾਡੇ ਤੋਂ ਵੈਸੇ, ਬਟ ਥੈਂਕਸ ਟੂ ਸੈਮਸੰਗ ਦੀ ਸ਼ਕਤੀਆਂ ਕਿ ਸਾਨੂੰ ਇਹ ਝਰਨਾ ਬਹੁਤ ਸਾਫ਼ ਦਿਖ ਰਿਹਾ। ਆਹ ਦੇਖੋ, ਇਹ ਸਿਸੂ ਵਾਟਰਫਾਲ ਜਿੰਨਾ ਵਾਟਰਫਾਲ ਹੈ, ਬਹੁਤ ਗੁੱਡ ਵਿਊ ਹੈ ਐਂਡ ਰੋਡ ਤੋਂ ਬਹੁਤ ਛੋਟਾ ਇਹ ਦਿਖਦਾ ਵੈਸੇ, ਬਟ ਵਧੀਆ ਵਿਊ ਹੈ। ਸਾਹਮਣੇ ਉਹ ਦੇਖੋ, ਉਹ ਪੁਆਇੰਟ ਹੈ, ਆਹ ਦੋਨੋਂ ਪਹਾੜੀਆਂ ਦੇ ਸੈਂਟਰ 'ਚ ਆਪਾਂ ਚਾਰੰਗ ਵੱਲ ਜਾਣਾ। ਸੋ ਥੱਲੇ ਜਿਹੜੀ ਆ ਮਟਮੈਲੀ ਨਦੀ ਹੈ, ਸਤਲੁਜ ਹੈ, ਸਾਹਮਣੇ ਜਿਹੜੀ ਚਿੱਟੀ ਨਦੀ ਆ ਰਹੀ ਹੈ ਉਹ ਹੈਗੀ ਚਾਰੰਗ ਨਦੀ, ਅਤੇ ਆਪਾਂ ਚਾਰੰਗ ਨਦੀ ਦੀ ਓਰੀਜਨ 'ਤੇ ਹੀ ਜਾਣਾ। ਉਹ ਸਾਹਮਣੇ ਪਹਾੜੀਆਂ ਦੇ ਵਿੱਚ ਉਹ ਰੋਡ ਜਾ ਰਹੀ ਹੈ, ਉਹ ਚਾਰੰਗ ਵੱਲ ਜਾ ਰਹੀ ਹੈ, ਜੋ ਕਿ ਮੈਪ ਦੇ ਉੱਤੇ ਫਿਲਹਾਲ ਇਹਨਾਂ ਨੇ ਅਪਡੇਟ ਨਹੀਂ ਕੀਤੀ। ਬਾਕੀ ਛੋਟੇ ਮੋਟੇ ਹਾਈਡਰੋ ਪ੍ਰੋਜੈਕਟ ਹੈ ਇਹਦੀ ਬੈਕ ਸਾਈਡ 'ਤੇ ਆ। ਸੋ ਜਿਹੜੀ ਆਹ ਰਾਈਟ ਸਾਈਡ ਪਹਾੜੀਆਂ, ਇਹਨਾਂ ਦੇ ਬੈਕ ਸਾਈਡ 'ਤੇ ਚਿਤਕੂੜਾ ਰੂਟ ਹੈ ਬਸਪਾ ਵੈਲੀ, ਅਤੇ ਇਹਨਾਂ ਵਿਚਕਾਰ ਆਊਗਾ ਆਪਣਾ ਕਿੰਨਰ ਕੈਲਾਸ਼। ਸੋ ਦੇਖਦੇ ਹਾਂ ਚਾਰੰਗ ਜਾ ਕੇ ਆਪਾਂ ਨੂੰ ਕਿਹੜੀ ਕਿਹੜੀ ਪੀਕਸ ਦਿਖਦੀ ਹੈ, ਬਟ ਇੰਨਾ ਜ਼ਰੂਰ ਹੈ ਕਿ ਉੱਥੇ ਇੱਕ ਰਾਂਗਰਿਕ ਰਾਂਗ ਪੀਕ ਹੈ, ਉਹ ਜ਼ਰੂਰ ਦਿਖਦੀ ਹੈ। ਚਲੋ ਉਹ ਰੋਡ ਉੱਪਰੋਂ ਦੀ ਜਾ ਰਹੀ ਹੈ, ਬਟ ਉਹਦੇ ਲਈ ਆਪਾਂ ਨੂੰ ਅੱਗੇ ਜਾਣਾ ਪੈਣਾ ਮੋਰੰਗ ਵੱਲ, ਜੋ ਕਿ ਇੱਥੋਂ ਕੁਛ ਕਿਲੋਮੀਟਰ ਦੂਰ ਹੈ। ਉੱਥੋਂ ਦੀ ਯੂ ਟਰਨ ਲੈ ਕੇ ਫਿਰ ਉੱਪਰ ਚੜ੍ਹਾਂਗੇ। ਗੂਗਲ ਮੈਪ ਤੁਹਾਨੂੰ ਉੱਥੇ ਤੱਕ ਰੂਟ ਦਿਖਾਊਗਾ, ਉਸ ਤੋਂ ਅੱਗੇ ਚਾਰੰਗ ਦਾ ਰੂਟ ਨਹੀਂ ਦਿਖਾਉਂਦਾ। ਸੋ ਪਲੈਨ ਅਕੋਰਡਿੰਗਲੀ, ਸਾਹਮਣੇ ਦਿਖ ਰਿਹਾ ਆਪਾਂ ਨੂੰ ਪਾਂਡਵਾਂ ਦਾ ਕਿਲ੍ਹਾ, ਜੋ ਮੈਂ ਪਿਛਲੇ ਵਲੋਗ 'ਚ ਸਪੀਤੀ ਵਲੋਗ 'ਚ 2 ਸਾਲ ਪਹਿਲਾਂ ਬਣਾਇਆ ਸੀ, ਉਹ ਪਾ ਚੁੱਕੇ ਹਾਂ। ਅਤੇ ਉਹਦੀ ਬੈਕ ਸਾਈਡ 'ਤੇ ਮੋਰੰਗ ਪਿੰਡ, ਮੋਰੰਗ ਪਿੰਡ ਜਿਹੜਾ ਹੈਗਾ ਉੱਥੋਂ ਦੀ ਆਪਾਂ ਚਾਰੰਗ ਵੱਲ ਜਾ ਰਹੇ ਹਾਂ। ਤਾਂ ਸਾਹਮਣੇ ਬਸ ਅੱਗੇ ਪੁਲ ਆਉਣ ਵਾਲਾ, ਉਹ ਪੁਲ ਤੋਂ ਆਪਾਂ ਮੁੜਾਂਗੇ ਮੋਰੰਗ ਵੱਲ, ਰਾਈਟ ਸਾਈਡ 'ਤੇ ਪੁਲ ਆਉਂਦਾ।
ਸੋ ਮੇਨ ਹਾਈਵੇ ਤੋਂ ਸਪੀਲੋ ਤੋਂ ਪਹਿਲਾਂ ਆਪਾਂ ਮੁੜਨਾ ਰਾਈਟ ਸਾਈਡ 'ਤੇ ਮੋਰੰਗ ਵੱਲ। ਆਹ ਮੁੜ ਗਏ ਆਪਾਂ ਮੋਰੰਗ ਵੱਲ, ਰਾਈਟ ਸਾਈਡ ਹੋ ਗਿਆ। ਹੁਣ ਇੱਥੇ ਬਾਅਦ ਦੇਖੋ ਕੋਲ ਆ ਗਏ ਸਾਹਮਣੇ, ਥੱਲੇ ਸਤਲੁਜ ਦਰਿਆ ਅਤੇ ਉੱਪਰ ਮੈਟਲ ਬ੍ਰਿਜ ਹੈ। ਆਹ ਦੇਖੋ ਪੁੱਲ ਬਾਹਰੋਂ, ਸੋ ਆਪਾਂ ਦੂਜੀ ਸਾਈਡ ਆ ਚੁੱਕੇ ਹਾਂ। ਉਹ ਸਾਹਮਣੇ ਕਿੰਨਰ ਕਲਾਸ਼ ਪੀਕ ਦਿਖ ਰਹੀ ਹੈ ਅਤੇ ਥੱਲੇ ਜਾ ਰਹੀ ਸਤਲੁਜ ਨਦੀ। ਹੁਣ ਆਪਾਂ ਓਪੋਜ਼ਿਟ ਐਂਡ 'ਤੇ ਆ ਗਏ, ਬਟ ਆਪਾਂ ਹੌਲੀ ਹੌਲੀ ਇਸ ਨਦੀ ਤੋਂ ਦੂਰ ਚਲੇ ਜਾਣਾ। ਹੁਣ ਜਦੋਂ ਆਪਾਂ ਲੈਫਟ ਮੁੜਾਂਗੇ ਚਾਰੰਗ ਵੱਲ, ਓਕੇ ਜੀ, ਲੈਫਟ 'ਤੇ ਜਾ ਰਿਹਾ ਮੂਰੰਗ ਵਿਸ਼ਰਾਮ ਗ੍ਰਹਿ ਰੈਸਟ ਹਾਊਸ, ਸਿੱਧਾ ਜਾ ਰਿਹਾ ਚਾਰੰਗ। ਸੋ ਇੱਥੋਂ ਦੀ ਆਪਣਾ ਚਾਰੰਗ ਦਾ ਰੂਟ ਸ਼ੁਰੂ ਹੋ ਗਿਆ ਐਂਡ ਰੋਡ ਥੋੜ੍ਹੀ ਅੱਗੇ ਜਾ ਕੇ ਤੱਕ ਪੱਕੀ ਹੈ, ਸ਼ਾਇਦ 2 ਤੱਕ 4-5 ਕਿਲੋਮੀਟਰ, ਉਸ ਤੋਂ ਸਾਰੀ ਰੋਡ ਕੱਚੀ ਹੈ। ਤੋ ਚਾਰੰਗ ਤੋਂ ਮੁੜਦੇ ਹੋਏ ਜਦੋਂ ਆਪਾਂ ਬੈਕ ਸਾਈਡ ਦੇਖਦੇ ਹਾਂ ਤਾਂ 3 ਪੀਕਸ ਮੈਨੂੰ ਪ੍ਰੋਮੀਨੈਂਟ ਦਿਖ ਰਹੀਆਂ। ਪੀਰਾ ਗੋਟਿੰਗ ਹੈ ਇੱਕ, ਬਾਕੀ ਲਥੌਚ ਹੈ ਐਂਡ ਥਰਡ ਵਨ ਇਜ਼ ਡਿਫਰੈਂਟ ਵਨ। ਮੈਂ ਸ਼ੋਟ ਲੈ ਲੈਣਾ ਇੱਕ ਵਾਰੀ ਐਂਡ ਦੈਨ ਆਈ ਕੈਨ ਹੈਵ ਦਾ ਰੈਫਰੈਂਸ ਕਿ ਕਿਹੜੀਆਂ ਪੀਕਸ ਹੈਗੀਆਂ। ਥੱਲੇ ਹਾਈਡਰੋ ਪਾਵਰ ਪ੍ਰੋਜੈਕਟ ਇਹਨਾਂ ਦਾ ਜੋ ਚਾਰੰਗ ਰਿਵਰ ਦੇ ਉੱਤੇ ਆ, ਅਤੇ ਇੱਧਰੋਂ ਐਂਟਰੀ ਅਲਾਊਡ ਨਹੀਂ, ਤਾਂ ਇੱਥੋਂ ਇੱਕ ਸਾਹਮਣੇ ਪੁੱਲ ਆਉਂਦਾ ਜਿਹੜਾ ਇੱਧਰੋਂ ਕਨੈਕਟ ਕਰਦਾ ਡਾਇਰੈਕਟਲੀ। ਸੋ ਥੱਲੇ ਆਪਾਂ ਨੂੰ ਇੱਕ ਬਰਾਊਨ ਕਲਰ ਦੀ ਬਰਫ਼ ਦਿਖ ਰਹੀ ਹੈ, ਦੈਟ ਇਜ਼ ਆਈਸ ਕਵਰਡ ਵਿਦ ਮੋਰੇਨ। ਮੋਰੇਨ ਹੁੰਦਾ ਜਿਵੇਂ ਆਪਾਂ ਕਹਿੰਦੇ ਨਾ ਮਿੱਟੀ ਘੱਟਾ, ਉਹ ਦੇਖੋ ਬਰਫ਼ ਹੈ ਸਾਰੀ। ਦੂਰੋਂ ਐਂ ਨਹੀਂ ਪਤਾ ਲੱਗਦਾ, ਬਟ ਇਹ ਸਾਰੀ ਬਰਫ਼ ਇੱਥੇ ਇਸ ਕਰਕੇ ਹੈ ਕਿਉਂਕਿ ਸ਼ੇਡੀ ਏਰੀਆ, ਅਤੇ ਸ਼ੇਡੀ ਏਰੀਆ ਕਰਕੇ ਉਹ ਬਰਫ਼ ਰਹੂਗੀ ਹਮੇਸ਼ਾ। ਬਾਕੀ ਸਨਸੈੱਟ ਹੋ ਰਿਹਾ, ਵੈਲੀ ਸੋਹਣੀ ਲੱਗਣ ਲੱਗ ਗਈ ਹੁਣ, ਅਤੇ ਨਦੀ ਭਰ ਕੇ ਚੱਲ ਰਹੀ ਹੈ, ਗੁੱਡ ਵਿਊਜ਼। ਬਹੁਤ ਸੋਹਣਾ ਐਕਸਪੀਰੀਅੰਸ ਹੈ ਚਾਰੰਗ ਵੈਲੀ ਰੂਟ ਦਾ। ਰੋਡ ਤਾਂ ਚਲੋ ਸਾਰਾ ਆਫ ਰੋਡ ਹੀ, ਇਸ ਤੋਂ ਬਾਅਦ ਕੱਚਾ ਰੋਡ ਹੈ। ਪਿੱਛੇ ਇੱਕ ਮੋੜ ਠੰਗੀ ਪਿੰਡ ਨੂੰ ਵੀ ਆਉਂਦਾ, ਠੰਗੀ ਨੂੰ ਇੱਕ ਰੋਡ ਹੋਰ ਵੀ ਆਉਂਦਾ, ਠੰਗੀ ਨੂੰ HRTC ਦੀ ਬੱਸ ਆਉਂਦੀ ਰਿਕੋਂਗਪਿਓ ਤੋਂ, ਅਤੇ ਰਿਕੋਂਗਪਿਓ ਤੋਂ ਚਾਰੰਗ ਖਾਸ ਲਈ ਇੱਕ ਬੱਸ ਚੱਲਦੀ ਹੈ ਸਵੇਰੇ 8:30 ਅਤੇ ਦੁਪਹਿਰੇ 1:30 ਪਹੁੰਚਦੀ ਹੈ ਚਾਰੰਗ। ਸੋ ਅੱਛਾ ਰੂਟ ਹੈ। ਆਹ ਲੈਫਟ ਸਾਈਡ 'ਤੇ ਦੇਖੋ ਠੰਗੀ ਵਿਲੇਜ ਆ ਗਿਆ, ਠੰਗੀ ਦਾ ਰਸਤਾ ਇੱਥੋਂ ਵੀ ਹੈ ਪਿੱਛੋਂ ਵੀ ਹੈ, ਅਤੇ ਇਹ ਪਹਿਲਾ ਪਿੰਡ ਹੈ, ਇਸ ਤੋਂ ਬਾਅਦ ਲੰਬਰ ਹੈ ਅਤੇ ਉਸ ਤੋਂ ਬਾਅਦ ਚਾਰੰਗ ਹੈ। ਓਕੇ ਜੀ, ਰਸਤੇ ਜਾਂਦੇ ਜਾਂਦੇ ਡਰੋਨ ਸ਼ਾਟ ਲੈ ਲਿਆ, ਇਟਸ ਆ ਗੁੱਡ ਵਨ, ਕਿਉਂਕਿ ਰਾਈਟ ਸਾਈਡ 'ਤੇ ਕੋਈ ਤਾਰਾਂ ਹੈ ਨਹੀਂ ਸੀ ਥੱਲੇ। ਆ ਜਾ ਰਹੀ ਆਪਣੀ ਚਾਰੰਗ ਰਿਵਰ, ਫੁੱਲ ਫਲੋ 'ਤੇ ਹੈ ਹੁਣ, ਜਿੱਥੋਂ ਵੀ ਆ ਰਹੀ ਹੈ ਤਾਂ ਮਤਲਬ ਉੱਥੋਂ ਦੀ ਮੀਂਹ ਪੈ ਰਿਹਾ ਜਾਂ ਗਲੇਸ਼ੀਅਰ ਜਲਦੀ ਮੈਲਟ ਹੋ ਰਿਹਾ। ਹਾਰਨ ਜੋ ਵੀ ਪੁਆਇੰਟ ਹੋਊਗਾ ਉੱਥੇ ਜਾ ਕੇ ਦੇਖਾਂਗੇ, ਲੋਕਲ ਲੋਕ ਕਾਫੀ ਇਨਫੋਰਮੇਸ਼ਨ ਦੇ ਰਹੇ ਆ, ਬਟ ਸੋਹਣਾ ਰੂਟ ਹੈ। ਸਨਸੈੱਟ ਹੋਣ ਨੂੰ ਹਜੇ ਹੈਗੇ ਆਪਣੇ ਕੋਲ 2.5 ਘੰਟੇ ਹੈਗੇ ਉਰੇ,
ਐਂਡ ਹੋਪਫੁਲੀ ਹਨੇਰੇ ਹੋਣ ਤੋਂ ਪਹਿਲਾਂ ਆਪਾਂ ਪਹੁੰਚ ਜਾਵਾਂਗੇ। ਬਸ ਸਿੱਧੇ ਸਿੱਧੇ ਜਾਣਾ। ਐਂਡ ਦਿਸ ਲੁੱਕ ਵੈਲੀ ਲੁੱਕਸ ਲਾਈਕ ਸਿਬਲਿੰਗ ਆਫ ਤੁਪਾ ਵੈਲੀ ਜਾਂ ਬਾਸਪਾ ਰਿਵਰ ਵੈਲੀ। ਤੋ ਚਾਰੰਗ ਰਿਵਰ ਵੈਲੀ ਬਸ ਕਜ਼ਨ ਹੀ ਉਹਦੀ, ਹੋਰ ਕੀ ਕਹਿ ਸਕਦੇ ਆਪਾਂ। ਚਲੋ ਜੀ ਚੱਲੀਏ ਆਪਾਂ ਅੱਗੇ। ਸੋ ਇਹ ਆ ਗਿਆ ਲੰਬਰ ਪਿੰਡ ਜਿੱਥੇ ਬਣ ਰਿਹਾ ਡੈਮ ਚਾਰੰਗ ਰਿਵਰ ਦੇ ਉੱਤੇ। ਆਹ ਹੈਗੇ ਇੱਕ ਬੇਲੇ ਬ੍ਰਿਜ। ਬੇਲੇ ਬ੍ਰਿਜ ਜਿਹੜੇ ਹੁੰਦੇ ਆ ਉਹ ਵਰਲਡ ਵਾਰ 2 'ਚ ਬਣਨੇ ਸ਼ੁਰੂ ਹੋਏ ਸੀ ਆਰਮੀ ਵੱਲੋਂ, ਅਤੇ ਸਿੰਸ BRO ਦੇ ਅੰਡਰ ਰੋਡ ਤਾਂ ਇਹ ਬੇਲੇ ਬ੍ਰਿਜ ਤੁਹਾਨੂੰ ਇੱਥੇ ਕਾਫੀ ਜਗ੍ਹਾ 'ਤੇ ਮਿਲਣਗੇ। ਬਾਕੀ ਲੰਬਰ ਇੱਕ ਬਹੁਤ ਸੋਹਣੀ ਜਗ੍ਹਾ ਹੈ, ਇੱਥੇ ਤੱਕ ਆਉਣਾ ਵੀ ਇੱਕ ਗੁੱਡ ਐਡਵੈਂਚਰ ਹੈ। ਬਹੁਤ ਈਜ਼ੀ ਡਰਾਈਵ ਹੈ, ਕੁਛ ਵੀ ਔਖਾ ਨਹੀਂ। ਵਿਊਜ਼ ਤੁਸੀਂ ਦੇਖ ਸਕਦੇ ਹੋ, ਆਹ ਇੱਕ ਖੱਡ ਆ ਰਹੀ ਹੈ, ਲੰਬਰ ਖੱਡ ਕਹਿ ਸਕਦੇ ਆਪਾਂ ਇਹਨੂੰ, ਜਿਹੜੀ ਅੱਗੇ ਜਾ ਕੇ ਚਾਰੰਗ ਰਿਵਰ ਦੇ ਵਿੱਚ ਮਿਲ ਜੂਗੀ। ਇਹ ਵਿਊਜ਼ ਬਹੁਤ ਹੀ ਯੂਨੀਕ ਹੈ ਇਸ ਪੁਆਇੰਟ 'ਤੇ ਆ ਕੇ, ਯੂਨੀਕ ਇਨ ਦਾ ਸੈਂਸ ਕਿਉਂਕਿ ਇੱਥੇ ਕੋਈ ਟੂਰਿਸਟ ਵਗੈਰਾ ਨਹੀਂ ਹੈ, ਕੋਈ ਚਾਹ ਵਗੈਰਾ ਦਾ ਕੋਈ ਪੁਆਇੰਟ ਕੁਛ ਨਹੀਂ ਹੈਗਾ। ਤੁਸੀਂ ਆਪਣੇ ਆਪ ਹੀ ਕਰਨਾ ਜੋ ਵੀ ਕਰਨਾ, ਤੁਹਾਨੂੰ ਖਾਣ ਪੀਣ ਨੂੰ ਜਾਂ ਕਿਸੇ ਵੀ ਸਟੇ ਆਪਸ਼ਨ ਨੂੰ ਕੁਛ ਨਹੀਂ ਮਿਲਣਾ ਉਰੇ। ਬਟ ਓਵਰਆਲ ਲੋਕੇਸ਼ਨ ਟੂ ਗੁੱਡ ਹੈ, ਟੂ ਬਿਊਟੀਫੁੱਲ ਹੈ, ਅਤੇ ਬਾਕੀ ਆ ਡੈਮ ਏਰੀਆ ਬਹੁਤ ਹੀ ਅਲੱਗ ਹੈ। ਮਤਲਬ ਇੰਨਾ ਵੱਡਾ ਡੈਮ ਨਹੀਂ ਹੈਗਾ, ਛੋਟਾ ਡੈਮ ਹੈ। ਬਟ ਇਸ ਏਰੀਏ 'ਚ ਆ ਕੇ ਅਸੀਂ ਆਪਣਾ ਪੂਰਾ ਟਾਈਮ ਸਪੈਂਡ ਕੀਤਾ। ਮੈਂ ਇਹ 2 ਘੰਟੇ ਦੀ ਜਿਹੜੀ ਡਰਾਈਵ ਹੈ ਉਹਨੂੰ ਤਕਰੀਬਨ 6 ਘੰਟੇ 'ਚ ਕੀਤਾ ਸੀਗਾ, ਮੋਰੰਗ ਤੋਂ ਚਾਰੰਗ ਤੱਕ। ਬੰਦਾ ਨੋਰਮਲ ਜਾਵੇ 2 ਘੰਟੇ 'ਚ ਪਹੁੰਚ ਸਕਦਾ ਆਰਾਮ ਨਾਲ, ਬਟ ਕੋਈ ਫਾਇਦਾ ਨਹੀਂ ਹੈਗਾ, ਬਿਕੋਜ਼ ਰੂਟ ਇਜ਼ ਮੋਰ ਬਿਊਟੀਫੁੱਲ ਦੈਨ ਡੈਸਟੀਨੇਸ਼ਨ। ਸੋ ਯੈ ਇਟਸ ਗੁੱਡ। ਇੱਦਾਂ ਲੋਕੇਸ਼ਨ 'ਤੇ ਜਾਓ ਤਾਂ ਆਪਣਾ ਹਰੇਕ ਜਗ੍ਹਾ 'ਤੇ ਰੁਕ ਰੁਕ ਕੇ ਟਾਈਮ ਸਪੈਂਡ ਕਰੋ, ਜਿਵੇਂ ਇਸ ਪੂਰੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਮੋਰੰਗ ਤੋਂ ਚਾਰੰਗ ਦੀ ਡਰਾਈਵ ਦਿਖਾ ਰਿਹਾ ਸਿਰਫ, ਅਤੇ ਇਹਦੇ ਵਿੱਚ ਜਿੰਨੇ ਵਿਊ ਪੁਆਇੰਟ ਆਉਣਗੇ ਮੈਂ ਸਾਰੇ ਤੁਹਾਨੂੰ ਪ੍ਰੋਪਰਲੀ ਦਿਖਾਊਂਗਾ, ਰੈਦਰ ਦੈਨ ਸਕਿਪਿੰਗ ਐਨੀਥਿੰਗ ਗੁੱਡ। ਚਲੋ ਲਓ ਨਜ਼ਾਰੇ ਦੇ। ਸੋ ਚਾਰੰਗ ਵੈਲੀ ਜਾਂਦੇ ਹੋਏ ਰਸਤੇ ਦੇਖਣ ਨੂੰ ਮਿਲਿਆ ਕ੍ਰਿਕਟ ਮੈਚ। ਹੁਣ ਕ੍ਰਿਕਟ ਮੈਚ ਕੋਈ ਵੱਡੀ ਗੱਲ ਨਹੀਂ ਹੁੰਦੀ, ਬੱਚੇ ਖੇਡਦੇ ਰਹਿੰਦੇ ਆ, ਬਟ ਮੇਨ ਗੱਲ ਦੇਖੋ ਇਹ ਕਿੱਥੇ ਆ, ਜਿੱਥੇ ਡੈਮ ਰਿਜ਼ਰਵੋਇਰ ਦਾ ਏਰੀਆ ਉਹ ਖਾਲੀ ਹੈ। ਸਿੰਸ ਡੈਮ ਬਣ ਰਿਹਾ ਹਜੇ ਭਰਿਆ ਨਹੀਂ ਹੈਗਾ, ਤਾਂ ਬੱਚੇ ਇੱਥੇ ਖੇਡ ਸਕਦੇ ਆ। ਇਹ ਡੈਮ ਬਣ ਰਿਹਾ ਚਾਰੰਗ ਰਿਵਰ ਦੇ ਉੱਪਰ, ਆਹ ਨਦੀ ਸਾਈਡ ਤੋਂ ਕੱਢਤੀ ਇਹਨਾਂ ਨੇ, ਠੀਕ ਹੈ। ਬਟ ਦਿਸ ਇਜ਼ ਅਮੇਜ਼ਿੰਗ, ਕ੍ਰਿਕਟ ਇਨ ਡੈਮ ਐਨਕੈਸ਼ਮੈਂਟ ਏਰੀਆ। ਸੋ ਇਹ ਜਗ੍ਹਾ ਦਾ ਨਾਮ ਹੈ ਲੰਬਰ, ਇੱਥੇ ਬਣ ਰਿਹਾ ਡੈਮ। ਉਸ ਤੋਂ ਬਾਅਦ ਜਿਹੜੀ ਰੋਡ ਹੈ ਗੂਗਲ ਮੈਪਸ ਐਗਜ਼ਿਸਟ ਨਹੀਂ ਕਰਦੀ, ਸੋ ਯੂ ਹੈਵ ਟੂ ਡਰਾਈਵ ਅਕੋਰਡਿੰਗਲੀ। ਬਾਕੀ ਬਟ ਈਜ਼ੀ ਹੈ, ਸਿੱਧੀ ਰੋਡ ਹੈ ਕਿਉਂਕਿ ਬਸ ਕੇ ਵਿਊ ਹੈ ਵੈਸੇ, ਅਲਟੀਮੇਟ ਫਿਰ ਕੈਪਚਰ ਹੋ ਗਿਆ। ਵੈਸੇ ਕੋਈ ਚੱਕਰ ਨਹੀਂ ਹੈ, ਰੋਡ ਸਿੱਧੀ ਹੋਇਆ, ਬਸ ਅੱਗੇ ਜਾ ਕੇ ਖੱਬੇ ਪਾਸੇ ਇੱਕ ਰੋਡ ਕੁੰਨੂ ਵਿਲੇਜ ਨੂੰ ਜਾਊਗੀ ਜੋ ਕਿ 3 ਕਿਲੋਮੀਟਰ ਐਕਸਟਰਾ। ਬਾਕੀ ਇਹ ਚਾਰੰਗ ਤੱਕ ਸਿੱਧੀ ਰੋਡ ਹੈ, ਸੋ ਯੂ ਡੋਂਟ ਨੀਡ ਟੂ ਵਰੀ ਕਿ ਵੀ ਰੋਡ ਕਿੱਥੇ ਜਾ ਰਹੀ ਕਿੱਥੇ ਨਹੀਂ ਜਾ ਰਹੀ। ਵਿਊ ਦੇਖੋ ਬਸ, ਉਹ ਬਣੇ ਅਲਟੀਮੇਟ ਆ। ਦੇਖੋ ਯਾਕ ਨਾਲ ਖੇਤੀ ਚੱਲ ਰਹੀ ਹੈ, ਯਾਕ ਨਾ ਸਟਿਲ ਹੱਥਾਂ ਨਾਲ ਕੰਮ ਚੱਲ ਰਿਹਾ ਸਾਰਾ। ਨਦੀ ਦਾ ਫਲੋ ਦੇਖੋ ਕਿੰਨਾ ਤੇਜ਼ ਹੈ, ਅਤੇ ਬਾਕੀ ਇਨਫੋਰਮੇਸ਼ਨ ਇਹ ਲਈ ਹੈ ਵੀ ਲੰਬਰ ਤੋਂ ਚਾਰੰਗ ਜਿਹੜਾ ਆਪਣਾ ਮੈਪਸ 'ਤੇ ਨਹੀਂ ਹੈ ਰਸਤਾ, ਸਿਰਫ 15 ਕਿਲੋਮੀਟਰ ਆ। ਸੋ 15 ਕਿਲੋਮੀਟਰ ਆਪਾਂ ਜਾਣਾ, ਐਂਡ 15 ਕਿਲੋਮੀਟਰ ਜਾ ਕੇ ਆਪਾਂ ਨੂੰ ਉੱਥੇ ਕੋਈ ਠੇਕੇਦਾਰ ਹੈ, ਉਹਦੀ ਦੁਕਾਨ ਹੈ, ਉੱਥੇ ਹੋਮ ਸਟੇ ਦੀ ਆਪਸ਼ਨ ਮਿਲ ਜੂਗੀ। ਸੋ ਆਪਾਂ ਉਹ ਆਪਸ਼ਨ ਲੈ ਕੇ ਫਿਰ ਉੱਥੇ ਆਪਾਂ ਇੰਜੋਏ ਕਰਦੇ। ਮੈਨੂੰ ਲੱਗਦਾ ਇੱਕ ਦਿਨ ਸ਼ਾਇਦ ਮੈਂ ਹੋਰ ਰੁਕੂੰਗੇ ਇਸ ਇਲਾਕੇ 'ਚ, ਕਿਉਂਕਿ ਉਹਨੂੰ ਪ੍ਰੋਪਰ ਐਕਸਪਲੋਰ ਕਰਨਾ, ਐਂ ਨਹੀਂ ਵੀ ਜਸਟ ਟੱਚ ਐਂਡ ਗੋ। ਤੋ ਮਜ਼ਾ ਆ ਰਿਹਾ, ਅੱਛਾ ਇਲਾਕਾ ਲੱਗਿਆ ਮੈਨੂੰ। ਬਾਕੀ ਰਿਵਰ ਦਾ ਫਲੋ ਵੀ ਵਧੀਆ, ਵਿਊਜ਼ ਵੀ ਘੈਂਟ ਆ। ਹਾਂ
ਉੱਪਰ। ਸੋ ਇਹ ਦੇਖੋ ਲੈਫਟ ਸਾਈਡ 'ਤੇ ਕਲਾਊਡ ਬਸਟ ਸੈਕਸ਼ਨ ਹੁੰਦਾ, ਥੱਲੇ ਤੱਕ ਉਹ ਪੱਥਰ ਗਏ ਹੋਏ ਆ। ਓਕੇ, ਹੁਣ ਇਹ ਕਲਾਊਡ ਬਸਟ ਕਦੇ ਵੀ ਕਿਤੇ ਵੀ ਪਹਾੜਾਂ 'ਚ ਹੋ ਸਕਦੇ ਆ ਮੌਨਸੂਨ ਦੇ ਵਿੱਚ। ਨਜ਼ਾਰੇ ਦੇਖੋ, ਕਲਾਊਡ ਬਸਟ ਪੁਰਾਣੀ ਏਰੀਆ। ਦੇਖਿਆ ਇਹਨਾਂ ਨੇ ਸੈਕਸ਼ਨ ਹੀ ਸੀਗਾ, ਉਸ ਤੋਂ ਬਾਅਦ ਅੱਗੇ ਰੋਡ ਬਣੀ ਹੋਈ ਆ। ਸੋ ਅੱਛੀ ਗੱਲ ਹੈ, ਚਾਰੰਗ ਤੱਕ ਮੈਨੂੰ ਦੇਖ ਰਿਹਾ ਵੀ ਰੋਡ ਅੱਛੀ ਬਣੀ ਯਾਰ, ਗੁੱਡ ਆ ਬਾਈ ਜੀ। ਰੋਡ ਇੱਦਾਂ ਦਾ ਵੀ ਚਲਾਉਣਾ ਹੀ ਮੁਸ਼ਕਿਲ ਹੈ ਗੱਡੀ ਉਰੇ, ਲਗਾਤਾਰ ਆਏ ਨਹੀਂ ਮੁਸ਼ਕਿਲ, ਇੱਦਾਂ ਮੁਸ਼ਕਿਲ ਹੈ। ਸਾਹਮਣੇ ਵਿਊਜ਼ ਦੇਖ ਰਿਹਾ, ਮੈਂ ਜ਼ੂਮ ਕਰਕੇ ਇਹਦਾ ਬਣਾਉਂਦਾ ਵੀਡੀਓ, ਲੇਕਿਨ ਥੱਲੇ ਉਤਰੀਏ। Okay, see this. 1, 2, 3 ਉੱਪਰ ਕਿਆ ਵਿਊ ਪੁਆਇੰਟ ਆ ਅਲਟੀਮੇਟ। ਉੱਥੇ ਸਾਹਮਣੇ ਬਰਫ ਜੰਮੀ ਹੋਈ ਹੈ, ਉਹ ਦੂਜੇ ਕੈਮਰੇ ਨੂੰ ਜ਼ੂਮ ਕਰਕੇ ਦਿਖਾਉਣਾ ਅਲਟੀਮੇਟ ਵਿਊਸ। ਸੋ ਕਲਾਊਡ ਬਸ ਸੈਕਸ਼ਨ ਪਲੱਸ ਬੜੀ ਤਗੜੀ ਲੈਂਡ ਸਲਾਈਡ ਹੋਈ ਉਰੇ, ਨੀਚੇ ਦੇਖੋ ਜੇ। ਰੱਬ ਰੱਬ ਹੀ ਕਰੋ ਰਿਹਾ ਕਿ ਪਹਿਲਾਂ ਬਿਨਾਂ ਅਰਦਾਸ ਕੀਤੇ ਨਾ ਹੋ ਰੱਬ ਤੋਂ, ਨਹੀਂ ਤਾਂ ਔਖਾ ਹੀ ਕੰਮ ਹੈ। ਬਸ ਮਾਰੇ ਬਚਾ ਕੇ ਰੱਖਣ ਤਾਂ ਹੀ ਬਚਣਾ ਪਾਸੇ ਤੋਂ ਬੰਦਾ। ਮੌਨਸੂਨ ਭੁੱਲ ਜਾਓ, ਜਮੇ ਭੁੱਲ ਜਾਓ ਰਿਹਾ। ਬਸ ਰੱਬ ਰੱਬ ਕਰਦੇ ਬਿਊਟੀ, ਬਿਊਟੀ ਵੀ ਆ, ਐਂ ਨਹੀਂ ਆ ਬਿਊਟੀ ਨਹੀਂ ਆ, ਵੈਲ ਟੂ ਕਰਦੇ ਤੇ ਰਿਹਾ ਅਤੇ ਮੈਂ ਜਾਣ ਕੇ ਡੁੱਬ ਰਿਹਾ ਨਾ। ਹੋ ਚਲੋ ਜੀ, ਮੈਂ ਵੀਡੀਓ ਬੰਦ ਕਰਿਆ ਪਹਿਲਾਂ, ਗੱਡੀ ਚੜਾਵਾਂ ਉੱਪਰ। ਸਨਸੈਟ ਗਿਵਸ ਡਿਫਰੈਂਟ ਵਾਈਬਸ, ਅਤੇ ਉਹ ਵਾਈਬਸ ਨਾਲ ਵਿਊ ਤਾਂ ਅਲਟੀਮੇਟ ਹੁੰਦੇ ਜਾ ਰਿਹਾ, ਬਟ ਜਿਹੜਾ ਸਾਹਮਣੇ ਵਿਊ ਦੇਖ ਰਿਹਾ ਪੁਲ ਤੋਂ ਉੱਧਰਲੀ ਸਾਈਡ ਹੈ, ਬਾਹਲੀ ਅਲਟੀਮੇਟ ਹੈ। ਸਕੂਟਿੰਗ ਨਾਲ ਕਿੱਥੇ ਲਿਖਿਆ? ਆਹ ਦੋਨੋਂ ਬੋਰਡ 'ਤੇ ਲਿਖਿਆ। ਓਕੇ, ਆਹ ਦੇਖੋ, ਮੈਂ ਤਾਂ ਵਿਊ ਦੇ ਚੱਕਰਾਂ ਰੁਕ ਗਿਆ। ਇਹ ਪੁਲ ਬਣਿਆ 30 ਨਵੰਬਰ 2011। ਓਕੇ, ਇਸਦਾ ਨਾਮ ਕਿਆ ਹੈ? ਸਕੂਟਿੰਗ ਨਾਲਾ 1। ਓਕੇ ਜੀ, ਇਹ ਹੈ ਸਕੂਟਿੰਗ ਨਾਲੇ ਦੇ ਉੱਤੇ ਬਣਿਆ ਪੁਲ, ਬਟ ਅਗੇਨ ਫਿਰ ਰੁਕਣਾ ਪੈ ਰਿਹਾ ਆਪਾਂ ਨੂੰ ਜਸਟ ਬਿਕੋਜ਼ ਆਫ ਵਿਊਸ। ਚਲੋ ਕੁਛ ਫੋਟੋਆਂ ਲਈਏ ਫਿਰ ਅੱਗੇ ਚੱਲੀਏ। ਸੋ ਸਕੂਟਿੰਗ ਨਾਲੇ ਦੇ ਉੱਤੇ ਉਹ ਮੂਮੈਂਟ ਆ ਚੁੱਕਾ ਜਿਹਦੀ ਵੇਟ ਸਾਨੂੰ ਪਿਛਲੇ 2.5 ਦਿਨ ਤੋਂ ਸੀਗੀ, ਸਨਸੈੱਟ ਹੋਣ ਵਾਲਾ, ਅਤੇ ਹੌਲੀ ਹੌਲੀ ਟੈਂਪਰੇਚਰ ਵੀ ਡਰੋਪ ਡਾਊਨ ਕਰ ਰਿਹਾ, ਅਤੇ ਇੰਤਜ਼ਾਰ ਦੀ ਘੜੀਆਂ ਖਤਮ ਹੋਈਆਂ ਜਦੋਂ ਗੈਵੀ ਭਾਈ ਨੇ ਫਾਈਨਲੀ ਲੂ 'ਚੋਂ ਚੱਲਦੇ ਹੋਏ ਪਹਾੜਾਂ 'ਚ ਪਹੁੰਚਦੇ ਹੋਏ ਪਾ ਲਈ ਹੈ ਸਵੈਟ ਸ਼ਰਟ। ਉਹ ਵੇਲਾ ਆ ਗਿਆ, ਅਤੇ ਉਹੀ ਵੇਲਾ ਆ ਗਿਆ ਨੀ ਬਿੱਲੋ, ਠੰਡ ਦਾ ਟਾਈਮ ਆ ਗਿਆ ਨੀ, ਉਹੀ ਬਿੱਲੋ ਅਤੇ ਇਹੀ ਟਾਈਮ ਦੇ ਇੰਤਜ਼ਾਰ ਸੀ। ਬਾਕੀ ਰਾਤ ਨੂੰ ਉਰੇ 5 ਡਿਗਰੀ ਟੈਂਪਰੇਚਰ ਹੈ, ਵਿਚ ਇਜ਼ ਓਬਵੀਅਸਲੀ ਕੋਲਡ, ਅਤੇ ਲੂ ਤੋਂ ਵਾਪਸ ਆ ਕੇ ਠੰਡ 'ਚ ਮਜ਼ਾ ਆ ਰਿਹਾ। ਬਹੁਤ ਵਧੀਆ ਯਾਰ, ਉਰੇ ਫੋਟੋ ਖਿਚਾਉਂਦੇ ਗੱਡੀ ਦੋ ਕੁ ਫਿਰ ਆਪਾਂ ਅੱਗੇ ਲੰਘਦੇ ਹਾਂ। ਗੁੱਡ, ਕਿਵੇਂ ਲੱਗ ਰਿਹਾ ਵੀਰ ਜੀ ਨਵਾਂ ਏਰੀਆ ਐਕਸਪਲੋਰ ਕਰਕੇ ਤੁਹਾਨੂੰ?
ਜਿਹੜੇ ਲੋਕ ਨਹੀਂ ਨਾ ਦੇਖ ਰਹੇ। ਹਾਂ ਬਸ ਬਸ ਜ਼ੀਰੋ ਟੂਰਿਸਟ, ਮੈਂ ਕਹਿੰਦਾ ਗੱਡੀ ਲੋਕਲ ਵੀ ਨਹੀਂ ਦਿਖ ਰਹੀ, ਅੱਧਾ ਘੰਟਾ ਹੋ ਗਿਆ ਸਾਨੂੰ, ਇੱਕ ਘੰਟਾ ਹੈ ਨਾ, ਇੱਕ ਵੀ ਗੱਡੀ ਨਹੀਂ ਦੇਖੀ ਹਜੇ ਤੱਕ, ਹੋਰ ਅੱਗੇ ਲੈਂਡ ਸਲੈਂਡ ਹੋਵੇ, ਬੰਦਾ ਰਸਤਾ ਬੰਦ ਹੋਵੇ। ਚਲੋ ਸੁਖਨਾ, ਅੱਛਾ ਅੱਛਾ ਬੋਲੋ ਅਤੇ ਆਪਾਂ ਅੱਗੇ ਨਿਕਲੀਏ। ਗੋਲਡਨ ਆਰ ਦੀ ਬਿਊਟੀ ਦਿਖਾਉਣਾ, ਇੱਧਰ ਰਾਈਟ ਸਾਈਡ 'ਤੇ ਦੇਖੋ, ਅਤੇ ਇੱਧਰ ਵੀ ਦੇਖੋ ਹੋਰ ਬਿਊਟੀ। ਸਨਸੈਟ ਤੋਂ ਜਸਟ ਪਹਿਲਾਂ ਆਪਾਂ ਨੂੰ ਇਹ ਪੀਕਸ ਦਿਖ ਰਹੀਆਂ, ਜਿਸ 'ਚ ਮੈਨੂੰ ਇੱਕ ਪੀਕ ਦਾ ਨਾਮ ਤਾਂ ਪਤਾ ਲੱਗ ਗਿਆ ਕਿ ਆਹ ਰਾਈਟ ਸਾਈਡ 'ਤੇ ਜਿਹੜੀ ਬਿਲਕੁਲ ਟੋਪ 'ਤੇ ਪੀਕ ਹੈ, ਉਰੇ ਰਾਈਟ ਸਾਈਡ 'ਤੇ ਬਿਲਕੁਲ ਟੋਪ 'ਤੇ ਆਹ ਪੀਕ ਹੈ, ਇਹਦਾ ਨਾਮ ਹੈ ਫਾਵਾਰੰਗ ਪੀਕ, ਵਿਚ ਇਜ਼ ਅਪਰੋਕਸੀਮੇਟਲੀ 6300 ਮੀਟਰ ਦੀ ਹਾਈਟ 'ਤੇ। ਬਾਕੀ ਪੀਕਸ ਆਪਾਂ ਬਾਅਦ 'ਚ ਆਈਡੈਂਟੀਫਾਈ ਕਰਾਂਗੇ, ਬਟ ਲੁੱਕ ਐਟ ਦਾ ਰਿਵੀਲਿੰਗ ਵਿਊ, ਕਿੰਨਾ ਸੋਹਣਾ ਇਹ, ਥੱਲੇ ਨਦੀ ਜਾ ਰਹੀ ਹੈ, ਉੱਪਰ ਪਹਾੜ ਹੈ, ਸਨਸੈਟ ਇੱਧਰ ਹੋ ਰਿਹਾ, ਆਲਮੋਸਟ ਹੋ ਚੁੱਕਿਆ, ਐਂਡ 360 ਡਿਗਰੀ ਵਿਊ ਇਸ ਜਗ੍ਹਾ ਦਾ ਅਲਟੀਮੇਟ, ਬੰਦਾ ਇਸ ਤੋਂ ਉੱਪਰ ਦਾ ਕੀ ਐਕਸਪੈਕਟ ਕਰ ਸਕਦਾ ਪਹਾੜਾਂ ਜਾ ਕੇ, ਨਾਲੇ ਅਨਟੱਚਡ ਅਨਟੱਚਡ ਹੀ ਰਹੇ ਤਾਂ ਗੁੱਡ ਹੈ, ਮੌਨਸੂਨ 'ਚ ਬਿਲਕੁਲ ਨਾ ਉਭਰੇ, ਆਹ ਪੱਥਰ ਪੁੱਥਰ ਸਾਰੇ ਗਿਰਨਗੇ ਉਰੋਂ, ਇਹ ਧਿਆਨ ਰੱਖਿਓ, ਬਟ ਮੌਨਸੂਨ ਤੋਂ ਪਹਿਲਾਂ ਆ ਜਾਓ ਜਾਂ ਬਾਅਦ 'ਚ ਆ ਜਾਓ, ਉਹ ਬੈਸਟ ਆਪਸ਼ਨ ਆਪਣੇ ਲਈ। ਸੀ ਦਾ ਇੰਟੈਂਸਿਟੀ ਆਫ ਲੈਂਡ ਸਲਾਈਡ, ਪੂਰੇ ਦਾ ਪੂਰਾ ਪਹਾੜ ਥੱਲੇ, ਕਿੰਨਾ ਚੌੜਾ ਹੋਊਗਾ, ਹੁਣ ਇਹ ਕਦੋਂ ਗਿਰਿਆ ਕਿਵੇਂ ਗਿਰਿਆ ਬਾਅਦ ਦੀ ਗੱਲ ਹੈ, ਬਟ ਪਹਿਲਾਂ ਸੇਫ ਜ਼ੋਨ 'ਚ ਰਹੋ। Thank you.
ਸੀਗੇ ਉਸਤਾਦ ਜੀ ਨੇ ਫਾਈਨਲੀ ਕਲੀਅਰ ਕਰਤੀ ਆਫੀਸ਼ੀਅਲੀ ਅਨਾਊਂਸ ਹੋ ਗਈ ਠੰਡ ਯੈਸ ਪਰ ਹਜੇ ਵੀ ਅੱਧੀ ਬਣ ਗਈ ਸਵੈਗ ਨਹੀਂ ਜਾਣਾ ਚਾਹੀਦਾ ਸੋ ਇਸ ਰੋਡ ਦੇ ਵਿਊ ਦੇਖਦੇ ਦੇਖਦੇ ਇੱਕ ਬਹੁਤ ਹੀ ਸੁੰਦਰ ਸੋਹਣਾ ਸੁਨੱਖਾ ਵਾਟਰਫਾਲ ਮਿਲਿਆ ਆਪਾਂ ਨੂੰ ਇਹ ਦੇਖੋ ਕਲੋਜ਼ ਅਪ ਇਹਦਾ ਵਾਹ ਬਿਊਟੀ ਹੈ ਇਹਦੀ ਵੀ ਆ ਕੀ ਬਾਤ ਹੈ ਹਿਡਨ ਜੈਮ ਆਫ ਦਿਸ ਵੈਲੀ ਸੋ ਚਾਰਿਆਂ ਦੇ ਕੋਲ ਡੈਜ਼ਰਟ ਵੱਲ ਵੱਧਦੇ ਹੋਏ ਸੀ ਦਾ ਲੈਂਡਸਕੇਪ ਟੋਪੋਗ੍ਰਾਫੀ ਚੇਂਜ ਹੁੰਦੀ ਜਾ ਰਹੀ ਹੈ ਵੈਜੀਟੇਸ਼ਨ ਇਜ਼ ਟੂ ਲੋ ਐਂਡ ਚਾਰਿੰਗ ਇਜ਼ ਲਾਸਟ ਵਿਲੇਜ ਔਨ ਦਿਸ ਰੋਡ ਉਸ ਤੋਂ ਬਾਅਦ ਇੰਡੋ ਤਿਬਤਨ ਬਾਰਡਰ ਹੈ ਬਾਕੀ ਇੱਥੇ ਸਾਰੀ ਲੈਂਡਸਕੇਪ ਚੇਂਜ ਹੋ ਜਾਂਦੀ ਹੈ ਵਿਊਜ਼ ਚੇਂਜ ਹੋ ਜਾਂਦੇ ਆ ਵਾਹ ਕਿਆ ਵਿਊ ਹੈ ਚੰਬਲ ਘਾਟੀ ਨਜ਼ਾਰੇ ਪਹਾੜਾਂ ਦੇ ਵਿੱਚ ਸੋ ਇਹ ਰਸਤਾ ਪਹਾੜ ਕੱਟ ਕੇ ਬਣਾਇਆ ਗਿਆ ਇਹਦੇ ਵਿੱਚੋਂ ਦੀ ਹੈ ਸਮ ਹਾਓ ਵਧੀਆ ਲੱਗ ਰਿਹਾ ਵਿਊ ਤਾਂ ਹੀ ਮੈਂ ਵੀਡੀਓ 'ਚ ਇੰਕਲੂਡ ਕੀਤਾ ਮੈਨੂੰ ਇਹ ਸੀ ਕਿ ਮੈਂ ਵਿਊ ਜਿੰਨੇ ਵੀ ਆਉਣਗੇ ਰਸਤੇ ਸਾਰੇ ਦਿਖਾਵਾਂ ਤਾਂ ਕਿ ਤੁਹਾਨੂੰ ਰੂਟ ਦਾ ਪਤਾ ਲੱਗ ਸਕੇ ਐਗਜੈਕਟਲੀ ਅਲਟੀਮੇਟ ਵਿਊਜ਼ ਹੈ ਸੋ ਇਹ ਵੀ ਵੱਖਰੇ ਨਜ਼ਾਰਾ ਬੇਸਿਕਲੀ ਵਧੀਆ ਲੱਗ ਰਿਹਾ ਬਾਈ ਕੁਦਰਤ ਦੇ ਨਜ਼ਾਰੇ ਹੈ ਜੇ ਤੁਸੀਂ ਹਿਡਨ ਜੈਮ ਪਲੇਸਿਸ 'ਤੇ ਆਉਂਗੇ ਤਾਂ ਤੁਹਾਨੂੰ ਇੱਦਾਂ ਚੀਜ਼ਾਂ ਸੋਹਣੇ ਸੋਹਣੇ ਮਿਲਦੀਆਂ ਲਓ ਜੀ ਇੱਥੇ ਇਹਨਾਂ ਨੇ ਪੁਲ ਨਹੀਂ ਬਣਾਇਆ ਕਹਿੰਦੇ ਲੋੜ ਨਹੀਂ ਹੈਗੀ ਪੁਲ ਦੀ ਅਤੇ ਰਿਵਰ ਕ੍ਰੋਸਿੰਗ ਕਰੋ ਆਪਣੀ ਟਾਈਨੀ ਰਿਵਰ ਕ੍ਰੋਸਿੰਗ ਖੱਬੇ ਪਾਸੇ ਦੇਖੋ ਇਹ ਕਲਾਊਡ ਬਸਟ ਹੋਇਆ ਕਦੇ ਨਾ ਕਦੇ ਸੈਕਸ਼ਨ ਦੇਖ ਰਹੇ ਇੰਨਾ ਸਾਰਾ ਡੈਬਰੀ ਹੈ ਉੱਪਰੋਂ ਵੀ ਪੱਥਰ ਮਿੱਟੀ ਰੇਤਾ ਆਹ ਦੇਖੋ ਸੱਜੇ ਪਾਸੇ ਵੀ ਦੇਖੋ ਇਹ ਐਵੀਡੈਂਟ ਹੈ ਕਿ ਇੱਥੇ ਕਦੇ ਬੱਦਲ ਫਟਿਆ ਡਰੋ ਡਰੋ ਇਸ ਇਲਾਕੇ ਤੋਂ ਬਾਹਲੀ ਕੱਬਾ ਇਲਾਕਾ ਆਹ ਦੇਖੋ ਸੜਕ ਥੱਲੇ ਧਸੀ ਹੋਈ ਹੈ ਸੋ ਠੀਕ ਹੈ ਪੱਥਰ ਗਿਰੇ ਉੱਪਰੋਂ ਕੀ ਕਰ ਸਕਦੇ ਹਾਂ ਬਸ ਇਹ ਇਲਾਕਾ ਇੱਦਾਂ ਦਾ ਹੀ ਰਹੂਗਾ ਇਹ ਨਹੀਂ ਚੇਂਜ ਹੋਣ ਲੱਗਿਆ ਕਦੇ ਇਹ ਸਟੇਬਲ ਨਹੀਂ ਹੋਣ ਲੱਗਿਆ ਕਦੇ ਬਟ ਵਿਊਜ਼ ਬਹੁਤ ਅਲਟੀਮੇਟ ਆ ਸੋ ਸਾਹਮਣੇ ਵੈਲੀ ਦਾ ਇੱਕ ਬਹੁਤ ਸੁੰਦਰ ਨਜ਼ਾਰਾ ਹੈ ਦੇਖੋ ਨਦੀ ਵਿੱਚੋਂ ਜਾ ਰਹੀ ਹੈ ਬਹੁਤ ਵਾਈਡ ਵੈਲੀ ਵਿਊ ਹੈ ਅਤੇ ਆਪਾਂ ਨੂੰ ਇੱਕ ਪੁਲ ਦਿਖ ਰਿਹਾ ਸੱਜੇ ਪਾਸੇ ਸੈਂਟਰ 'ਚ ਉਹ ਹੈਗਾ ਸੁਰਤਿੰਗ ਬ੍ਰਿਜ ਉੱਥੋਂ ਦੀ ਇੱਕ ਖੱਬੇ ਰੋਡ ਜਾ ਰਿਹਾ ਉਹ ਕੁੰਨੂ ਪਿੰਡ ਨੂੰ ਜਾ ਰਿਹਾ ਜਿੱਥੇ ਮੈਂ ਅਗਲੇ ਦਿਨ ਜਾਊਂਗਾ ਕਿਉਂਕਿ ਹਨੇਰਾ ਹੋ ਰਿਹਾ ਇਸ ਕਰਕੇ ਆਪਾਂ ਪਹਿਲਾਂ ਚਾਰਨ ਖਾਸ ਹੀ ਪਹੁੰਚੀਏ ਉਹ ਬੈਟਰ ਆਪਸ਼ਨ ਹੈ ਅਤੇ ਕਿਉਂਕਿ ਇਹ ਵੀ ਨਹੀਂ ਪਤਾ ਚਾਰਨ ਖਾਸ ਕਿੰਨੀ ਦੂਰ ਆ ਸੋ ਵਿਲ ਸੀ ਥਿੰਗਸ ਅਕੋਰਡਿੰਗਲੀ ਅਤੇ ਬਾਕੀ ਵਿਊ ਸਾਰੇ ਆਪਾਂ ਕੈਪਚਰ ਕਰਦੇ ਜਾ ਰਹੇ ਹਾਂ ਨੇੜੇ ਪਹੁੰਚ ਚੁੱਕੇ ਹੋਏ ਚਾਰਨ ਖਾਸ ਦੇ ਬਟ ਡਿਊ ਟੂ ਸਨਸੈਟ ਪੀਕਸ ਵਗੈਰਾ ਬਹੁਤ ਸੋਹਣੀ ਲੱਗ ਰਹੀਆਂ ਆਪਾਂ ਨੂੰ ਆਹ ਵਿੱਚ ਲੈਫਟ ਸਾਈਡ 'ਤੇ ਕੇਵ ਵੀ ਹੈ ਇਹਦੀ ਮੈਂ ਸ਼ੋਟਸ ਆਉਂਦੇ ਹੋਏ ਲਊਂਗਾ ਫਿਲਹਾਲ ਨਹੀਂ ਲੈ ਰਿਹਾ ਕਿਉਂਕਿ ਲਾਈਟ ਕਾਫੀ ਘੱਟ ਰਹੀ ਹੈ ਸੋ ਆਹ ਦੇਖੋ ਰੋਡ ਜਾ ਰਹੀ ਕੁੰਨੂ ਦੀ ਐਂਡ ਰਾਈਟ ਸਾਈਡ 'ਤੇ ਆਪਾਂ ਮੁੜ ਰਹੇ ਹਾਂ ਸੁਰਤਿੰਗ ਬ੍ਰਿਜ ਦੇ ਵੱਲ ਜਿਹੜਾ ਆਪਾਂ ਨੂੰ ਕਨੈਕਟ ਕਰ ਰਿਹਾ ਚਾਰਨ ਖਾਸ ਦੇ ਨਾਲ ਇਹ ਬ੍ਰਿਜ ਰੀਸੈਂਟ ਹੈ ਇੱਕ ਕੱਚਾ ਰਸਤਾ ਸੀ ਪਹਿਲਾਂ ਉਹ ਕਿਸੇ ਫਲੈਸ਼ ਫਲੱਡ ਦੇ ਵਿੱਚ ਡਿਸਟਰੋਏ ਹੋ ਚੁੱਕਿਆ ਅਤੇ ਇਸ ਕਰਕੇ ਆਪਾਂ ਉੱਧਰੋਂ ਨਹੀਂ ਜਾ ਸਕਦੇ ਉਹ ਖਤਮ ਹੈ ਬਾਕੀ ਆਹ ਦੇਖੋ ਰੌਕ ਫਾਰਮੇਸ਼ਨ ਡਿਫਰੈਂਟ ਹੈ ਪਹਿਲਾਂ ਨਾਲੋਂ ਅਤੇ ਆਹ ਨੈਚੁਰਲ ਵੈਜੀਟੇਸ਼ਨ ਦੇਖੋ ਨਦੀ ਦੇ ਲਾਗੇ ਬਹੁਤ ਸੋਹਣੀ ਹੈ ਇਹ ਸਾਰਾ ਕੁਛ ਵੈਲੀ ਨੂੰ ਮਤਲਬ ਐਡ ਔਨ ਫੀਚਰਸ ਆ ਸਾਰੇ ਕਿ ਵੈਲੀ ਸੋਹਣੀ ਲੱਗਣ ਆ ਜਾਂਦੀ ਹੈ ਬਾਕੀ ਮੌਨਸੂਨ ਦੇ ਵਿੱਚ ਨਦੀ ਦਾ ਫਲੋ ਜ਼ਿਆਦਾ ਹੋਊਗਾ ਮੇਰੀ ਉਮੀਦ ਹੈ ਵੀ ਸੜਕ ਦੇ ਬਰਾਬਰ ਹੀ ਪਾਣੀ ਚੱਲਦਾ ਹੋਊਗਾ ਆਹ ਦੇਖੋ ਖੱਬੇ ਪਾਸੇ ਕਿੰਨੀ ਨੇੜੇ ਨਦੀ ਆ ਗਈ ਆਪਣੇ ਸੋ ਮੇਰੀ ਉਮੀਦ ਹੈ ਵੀ ਇੱਥੇ ਪਾਣੀ ਭਰਦਾ ਹੋਊਗਾ ਕਦੇ ਨਾ ਕਦੇ ਸਾਲ 'ਚ ਇੱਕ ਜਾਂ ਦੋ ਵਾਰੀ ਬਾਕੀ ਠੀਕ ਹੈ ਨਜ਼ਾਰੇ ਹੈ ਦੇਖੀਓ ਨਜ਼ਾਰੇ ਅਦਰ ਬ੍ਰਿਜ ਬਾਏ ਬੀ ਆਰ ਓ ਰਾਈਟ ਸਾਈਡ 'ਤੇ ਕਿਆ ਵਿਊਜ਼ ਹੈ
ਸਨਸੈਟ ਗਲੋ ਦੇਖੋ। ਇਹ ਵੈਲੀ ਹੁਣ ਆਲਮੋਸਟ ਸਪੀਤੀ ਨਾਲ ਦੀ ਹੋ ਗਈ ਨਾ, ਛਿਟਕੋਲੇ ਪਿੱਛੇ ਰਹਿ ਗਿਆ, ਵੈਜੀਟੇਸ਼ਨ ਖਤਮ। ਖੱਬੇ ਪਾਸੇ ਸੜਕ ਜਾ ਰਹੀ ਹੋ, ਅਸੀਂ ਗੱਲ ਕਰਾਂਗੇ ਛਿਟਕੋਲ ਵਾ ਗਿਆ ਪਿੱਛੇ ਹੁਣ ਸਾਹਿਬ ਵੈਲੀ ਸਪੀਤੀ ਵਾਰੀ ਕਾਫੀ ਚੇਂਜ ਮਨ ਡਿਫਰੈਂਟ ਹਾਈ ਕੋ ਪੀਕ ਦੇ ਨਾਮ ਵੀ ਦੇਖਦੇ ਹੋਣੀ ਨਾ ਲੈਂਡਸਕੇਪ। ਸੋ ਇੱਦਾਂ ਦੀ ਰਗੇ ਟੈਰਨ 'ਚ ਡਰਾਈਵ ਕਰਦੇ ਹੋਏ ਸਾਹਮਣੇ ਬਹੁਤ ਹੀ ਸੋਹਣੇ ਅਲਟੀਮੇਟ ਪਹਾੜ ਦਿਖਿਆ ਮੈਨੂੰ। ਆਹ ਦੇਖੋ ਕਿਆ ਬਾਤ ਹੈ, ਕਿਆ ਖੂਬਸੂਰਤੀ ਹੈ। ਹੁਣ ਇਹ ਆਏ ਤੀ ਪਤਾ ਲੱਗਦਾ ਨਾ ਵੀ ਕਿੱਦਾਂ ਦੇ ਹੈ। ਇਹ ਜਿਵੇਂ ਉਹ ਪਾਕਿਸਤਾਨ 'ਚ ਨਾ ਪਾਸੂ ਕੋਨਸ ਉਹਦੇ ਭਰਾ ਹੀ ਲੱਗਦੇ ਕਜ਼ਨ, ਜੇ ਕਿਸੇ ਨੇ ਦੇਖੇ ਉਹਦੀ ਫੋਟੋ, ਬੜੀ ਫੇਮਸ ਫੋਟੋ ਹੋਈ ਸੀ ਉਹਦੀ। ਅਤੇ ਆ ਰਹੀ ਆਪਣੀ ਨਦੀ ਅਗੇਨ, ਸਨਸੈੱਟ ਨੇੜੇ ਆ ਬਟ ਚਾਰੰਗ ਖਾਸ ਵੀ ਨੇੜੇ ਹੈ। ਸੋ ਹੋਪਫੁਲੀ ਆਪਾਂ ਟਾਈਮ 'ਤੇ ਪਹੁੰਚ ਜਾਵਾਂਗੇ। ਲੈਟਸ ਟੇਕ ਅ ਕਲੋਜ਼ਰ ਲੁੱਕ, ਅਲਟੀਮੇਟ ਵਿਊ। ਉਹ ਦੇਖੋ ਦੂਜੀ ਬੱਸ ਮੈਂ ਦਿਖਾਉਂਦਾ, ਗੱਡੀ ਜਾ ਰਹੀ ਹੈ ਬਲੈਰੋ। ਇਹ ਕੁੰਨੂ ਪਿੰਡ ਹੈ ਇੱਧਰਲੀ ਸਾਈਡ ਨਾ, ਜਿੱਥੇ ਅਸੀਂ ਕੱਲ੍ਹ ਜਾਣਾ, ਉੱਥੇ ਜਾ ਕੇ ਫਿਰ ਅਲੱਗ ਤੋਂ ਸ਼ਾਟ ਲਵਾਂਗੇ ਆਪਾਂ ਇਹਦੇ। ਸੋ ਜਿਵੇਂ ਕਿ ਇੱਥੇ ਦੇਖ ਸਕਦੇ ਹੋ, ਰਿਵਰ ਕਰੋਸਿੰਗ ਲਈ ਇਹਨਾਂ ਨੇ ਇੱਕ ਬਣਾਇਆ ਸੀ ਕੱਚਾ ਜਿਹਾ ਪੁਲ, ਪੁਲ ਆਲਮੋਸਟ ਢਹਿ ਚੁੱਕਿਆ। ਇਹ 'ਚ ਕੋਈ ਪੋਸੀਬਿਲਟੀ ਨਹੀਂ ਦੂਜੇ ਪਾਸੇ ਜਾਣ ਦੀ, ਤਾਂ ਹੀ ਉਹ ਪਿਛਲੇ ਪਾਸੇ ਉਹਨੇ ਸੜਕ ਬਣਾਈ ਹੈ ਇੱਧਰ ਜਾਣ ਨੂੰ, ਜੋ ਕਿ ਕੁੰਨੂ ਵੱਲ ਜਾ ਰਹੀ ਹੈ। ਅਤੇ ਵਿਊਜ਼ ਤਾਂ ਯਾਰ ਐਂਡਲੈਸ ਹੈ, ਫਿਰ ਦੁਬਾਰਾ ਕੀ ਬੋਲਾਂ ਬਾਰ ਬਾਰ। ਸੀ ਦਿਸ ਇਜ਼ ਅ ਕ੍ਰੇਜ਼ੀ ਵਿਊ, ਇਸ ਤੋਂ ਕ੍ਰੇਜ਼ੀ ਤਾਂ ਹੁਣ ਕੀ ਭਾਲਦੇ ਆਪਾਂ। ਵਿਊ ਸਨਸੈੱਟ, ਔਰੇਂਜ ਸ਼ੇਡ ਐਂਡ ਅਲਟੀਮੇਟ ਐਕਸਪੀਰੀਅੰਸ ਐਟ ਦਿਸ ਰਿਮੋਟ ਰੀਜਨ। ਅੱਛੀ ਗੱਲ ਹੈ ਅਸੀਂ ਫੁੱਲੀ ਪ੍ਰਪੇਅਰਡ ਹੈ, ਪਾਣੀ ਅਤੇ ਡੀਜ਼ਲ ਵਗੈਰਾ ਹੈਗਾ, ਨਹੀਂ ਤਾਂ ਇੱਦਾਂ ਜਗ੍ਹਾ ਤਾਂ ਸਾਨੂੰ ਨਾ ਬੰਦੇ ਨਾ ਬੰਦੇ ਜ਼ਿਆਦਾ ਦਿਖੇ ਪਿਛਲੇ ਇੱਕ ਦੋ ਘੰਟੇ ਤੋਂ। ਬਟ ਚਲੋ ਕਮ ਪ੍ਰਪੇਅਰਡ ਫੋਰ ਸੱਚ ਐਡਵੈਂਚਰਸ। ਦੋ ਨਦੀਆਂ ਮਿਲ ਰਹੀਆਂ ਉਰੇ, ਇੱਕ ਚਾਰੰਗ ਹੋਣੀ, ਇੱਕ ਕੁੰਨੂ ਹੋਣੀ ਹੈ। ਇਹ ਆਪਾਂ ਨਾਂ ਪੁੱਛ ਲਾਂਗੇ ਵੈਸੇ, ਬਟ ਓਬਵੀਅਸਲੀ ਇਟ ਮੇਕ ਸੈਂਸ, ਕਾਫੀ ਵਾਈਡ ਡੈਲਟਾ ਇਹਦਾ। ਓ ਹੋ ਹੋ ਹੋ, ਸੱਜੇ ਪਾਸੇ ਵੀਰੇ ਕੱਲ੍ਹ ਉਰੇ ਰਹਿਣਾ, ਸਭ ਕੁਛ ਕੈਂਸਲ ਹੋ ਗਿਆ। ਪਲੇਨ ਤੋਂ ਵਧੀਆ ਹੁਣ, ਬਹੁਤ ਸੋਹਣਾ, ਬਹੁਤ ਸੋਹਣਾ ਜਿਹੜਾ ਬੀਚ ਮਾਰਿਆ ਨਾ, ਬਹੁਤ ਸੋਹਣਾ। ਚਲੋ ਫਿਰ ਲੈਟਸ ਡੂ ਸਮਥਿੰਗ, ਰੋਕਣੀ ਪੈਣੀ ਗੱਡੀ, ਰੋਕਣੀ ਪੈਣੀ, ਦਿਸ ਇਜ਼ ਦ ਹੈ ਨਾ, ਬੱਕੂ ਗੱਡੀ ਨਾ ਆਵੇ ਹੋਰ। ਚਲੋ ਬਟ ਇਹੀ ਵੀਊ ਪੁਆਇੰਟ ਹੈ, ਇਸ ਤੋਂ ਅੱਗੇ ਜਾ ਕੇ ਫਿਰ ਲੁਕ ਜਾਓ ਥੋੜ੍ਹੇ। ਸੋ ਲੈਟਸ ਮੇਕ ਸਮ ਮੋਰ ਵੀਡੀਓਜ਼। ਹੋਰ ਆ ਚਾਰੰਗ ਖਾਸ ਪਿੰਡ, ਫਸਟ ਸਾਈਟ ਆਫ ਦੈਟ ਵਿਲੇਜ। ਬਟ ਉੱਪਰ ਦੇਖੋ ਡੈਮ ਹੌਟ ਕ੍ਰੇਜ਼ੀ ਸਨਸੈੱਟ ਵਿਊ, ਮਤਲਬ ਚਾਰੰਗ ਨੇ ਤਾਂ ਦਿਲ ਹੀ ਲੁੱਟ ਲਿਆ ਯਾਰ। ਚਿਤਕੁਲ ਬਹੁਤ ਸੋਹਣਾ, ਚਿਤਕੁਲ ਦਾ ਭਰਾ ਹੈ ਚਾਰੰਗ ਹੈ ਹੁਣ, ਸੀ ਸੇ ਚਿਤਕੁਲ ਸੀ ਸੇ ਚਾਰੰਗ, ਬਟ ਕਿਆ ਵਿਊ ਹੈ, ਬਹੁਤ ਵਧੀਆ। ਹੁਣ ਇਹੀ ਵਿਊ ਪਿੱਛੇ ਆਏ ਸੀਗੇ ਬਟ ਇੰਨਾ ਉਮੀਦ ਨਹੀਂ ਸੀ ਜਿੰਨਾ ਆਪਾਂ ਨੂੰ ਵਿਊ ਦੇਖ ਗਿਆ। ਹੁਣ ਲੈਟਸ ਟੇਕ ਸਮ ਡਰੋਨ ਸ਼ਾਟਸ। ਸੋ ਇਸ ਪੀਕ ਦਾ ਨਾਮ ਹੈ ਰਾਂਗਰਿਕ ਰਾਂਗ ਪੀਕ, ਜਿਹੜੀ ਆਪਾਂ ਨੂੰ ਬਿਲਕੁਲ ਸੈਂਟਰ ਦੇ ਵਿੱਚ ਦਿਖ ਰਹੀ ਹੈ। ਇਹਦੀ ਹਾਈਟ ਤਕਰੀਬਨ 6500 ਮੀਟਰ ਦੇ ਉੱਤੇ ਹੈ। ਅਲਟੀਮੇਟ ਸਨਸੈੱਟ ਵਿਊ ਐਂਡ ਦਿਸ ਵਿਲੇਜ ਐਟ ਦਾ ਬੋਟਮ, ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਚਾਰੰਗ ਖਾਸ ਇਜ਼ ਬੇਸ ਆਫ ਦਿਸ ਪੀਕ।
ਇਹਦੇ ਰਾਈਟ ਸਾਈਡ 'ਤੇ ਹੋਰ ਇੱਕ ਛੋਟੀ ਪੀਕ ਹੈ ਬੱਦਲਾਂ ਵਿੱਚ ਲੁਕੀ ਹੋਈ ਹੈ, ਦੈਟ ਇਜ਼ ਮਾਊਂਟ ਥੋਲਾ ਪੀਕ 64-65 ਜੋ ਚਿਤਕੁਲ ਦੇ ਵਿੱਚ ਦਿਖਦੀ ਹੈ, ਬਟ ਆ ਗਲੇਸ਼ੀਅਰ ਦਾ ਵਿਊ ਪੁਆਇੰਟ ਦੇਖਣਾ ਪੈਣਾ। ਦਿਸ ਇਜ਼ ਡੈਮ ਹੋਟ ਬਿਊਟੀਫੁਲ ਵਿਊ, ਇਸ ਤੋਂ ਸੋਹਣਾ ਵਿਊ ਤਾਂ ਕੀ ਦਿਖੂਗਾ ਆਪਾਂ ਨੂੰ ਕਿਸੇ ਗਲੇਸ਼ੀਅਰ ਦਾ। ਨੇਚਰਸ ਅਲਟੀਮੇਟ ਕਲਰਸ, ਕਿਉਂਕਿ ਸਨਸੈਟ ਜਸਟ ਹੋ ਰਿਹਾ। ਓ ਰੀ ਪੀਕ ਪਿੱਛੇ, ਹਾਂ ਇਹ ਨਹੀਂ ਦਿਖ ਰਹੀ, ਇਹ ਹੈ ਰਾਂਗਰਿਕ ਪੀਕ, ਤਾਂ ਹੀ ਨਹੀਂ ਦਿਖ ਰਹੀ ਸੀ ਮੈਨੂੰ ਬੱਦਲਾਂ ਕਰਕੇ। 6500 ਮੀਟਰ ਵਿੱਚ ਇਜ਼ ਅ ਗ੍ਰੇਟ ਹਾਈਟ, ਯੂਰਪ ਦੀ ਪੀਕਸ 4500 ਮੀਟਰ ਤੋਂ ਉੱਪਰ ਆਈ ਥਿੰਕ ਹੈ ਨਹੀਂ, ਇੰਡੀਆ ਤਾਂ ਵਾਧੂ ਪੀਕਸ ਹੈ ਇੱਦਾਂ ਦੀਆਂ। ਓਕੇ ਜੀ, ਸੋ ਸਾਹਮਣੇ ਦੇਖ ਰਹੇ ਬੁੱਧਿਸਟ ਫਲੈਗ ਅਤੇ ਮੰਤਰਾਂ ਵਾਲੇ ਜਿਹੜੇ ਪੱਥਰ ਰੱਖੇ ਨੇ ਉਹ, ਇਹਦਾ ਮਤਲਬ ਇਹ ਬੁੱਧਿਸਟ ਪਿੰਡ ਹੈ। ਸਾਹਮਣੇ ਬੋਟਮ 'ਤੇ ਪਿੰਡ ਹੈ ਅਤੇ ਉੱਪਰ ਪੀਕਸ ਵਗੈਰਾ ਵੀ ਹੁਣ ਲਾਈਟ ਜਾ ਚੁੱਕੀ ਹੈ। ਬਾਕੀ ਉਹ ਪਿੰਡ ਜਾ ਕੇ ਹੋਮ ਸਟੇ ਲੱਭਦੇ ਹਾਂ ਆਪਾਂ, ਵੀ ਕਿਹੜਾ ਹੋਮ ਸਟੇ ਮਿਲਦਾ ਆਪਾਂ ਨੂੰ। ਦਿਸ ਇਜ਼ ਨੋ ਪਲੈਨ, ਜੇ ਨਾ ਮਿਲਿਆ ਤਾਂ ਟੈਂਟ ਲਾ ਕੇ ਵੀ ਸੌਂ ਸਕਦੇ ਹਾਂ। ਬਾਕੀ ਇਫ ਯੂ ਡੋਂਟ ਨੋ, ਚਾਰੰਗ ਤੋਂ 2 ਦਿਨ ਦਾ ਟਰੈਕ ਹੈ ਜੋ ਕਿ ਚਿਤਕੁਲ ਜਾਂਦਾ, ਅਤੇ ਲੋਕ ਪਰਿਕਰਮਾ ਕਰਦੇ ਨੇ ਕਿੰਨਰ ਕੈਲਾਸ਼ ਦੀ, ਤਾਂ ਉਹ ਚਾਰੰਗ ਤੋਂ ਚਿਤਕੁਲ ਯਾਤਰਾ ਕਰਦੇ ਹੁੰਦੇ ਆ। ਬਾਕੀ ਆਫ ਬੀਟ ਪਿੰਡ ਹੈ, ਰੋ ਐਕਸਪੀਰੀਅੰਸ ਹੈ, ਫੈਮਲੀ ਨਾਲ ਅਵੋਇਡ ਹੀ ਕਰੋ ਕਿਉਂਕਿ ਇੱਥੇ ਤੁਹਾਨੂੰ ਕੋਈ ਫੈਸਿਲਿਟੀਜ਼ ਵਗੈਰਾ ਨਹੀਂ ਮਿਲਣੀਆਂ। ਜੇ ਐਡਵੈਂਚਰ ਲਈ ਆਉਣਾ ਫਿਰ ਡੈਫੀਨੇਟਲੀ ਆਓ, ਫਿਰ ਇਸ ਤੋਂ ਉੱਪਰ ਤੁਹਾਨੂੰ ਕਿਨੌਰ 'ਚ ਕੁਛ ਨਹੀਂ ਮਿਲਣਾ। ਇਹਦੇ ਬਰਾਬਰ ਸਿਰਫ ਚਿਤਕੁਲ ਦੀ ਵੈਲੀ ਹੈ, ਹੋਰ ਕੋਈ ਵੈਲੀ ਤੁਹਾਨੂੰ ਨਹੀਂ ਮਿਲਣੀ ਇੱਦਾਂ ਦੀ। ਸੋ ਚਿਤਕੁਲ ਅਤੇ ਚਾਰੰਗ ਵੈਲੀ ਦੋਨੇ ਵੈਲੀ ਹੁਣ ਸਪੈਸ਼ਲ ਵੈਲੀਜ਼ ਹੈ। ਲੈਟ ਸੀ ਹੁਣ ਪਿੰਡ ਆਪਣਾ ਕੌਣ ਸਵਾਗਤ ਕਰਦਾ। ਬਾਕੀ ਸਾਹਮਣੇ ਆ ਕੇ ਚਾਰੰਗ ਖਾਸ, ਸੱਚੀ ਉਹ ਖਾਸ ਪਿੰਡ ਹੈ, ਬਹੁਤ ਖਾਸ ਪਿੰਡ ਹੈ। ਬਾਕੀ ਇਹਦੇ ਵਿਊਜ਼ ਹੈ ਉਹ ਤਾਂ ਬਾਹਲੀ ਸੋਹਣੇ ਵਿਊਜ਼ ਹੈ, ਮਤਲਬ ਦਿਲ 'ਤੇ ਛਾ ਗਏ। ਉਹ ਤਾਂ ਵਨ ਆਫ ਦੀ ਫਾਈਨੈਸਟ ਵਿਊਜ਼ ਯੂ ਵਿਲ ਐਵਰ ਗੈਟ ਐਟ ਕਿਨੌਰ, ਈਵਨ ਦੋ ਕਿਨੌਰ 'ਚ ਵਿਊਜ਼ ਦੀ ਕਮੀ ਨਹੀਂ ਹੈ, ਬਟ ਇੱਥੇ ਵਿਊਜ਼ ਹੋਰ ਵੀ ਐਂਟ ਹੈ। ਚਲੋ ਸਾਹਮਣੇ ਗੱਡੀ ਪਾਰ ਕਰਦੇ, ਫਿਰ ਹੋਮ ਸਟੇ ਲੱਭਦੇ ਹਾਂ ਆਪਾਂ। So this is the beauty of Charang Khas. Full flow te hai, pind bahut sona backdrop te hai, kal shot le jaange. Aa da parking spot hai, is to agge gaddi nahi jandi. Wah, baki home se samne hi sada ho ja ke puchde hain. So beautiful, thanks to Safari, bahut comfort na san leke aayi hai. And thanks to Baba ji ke bhi ਰਸਤੇ ਕੋਈ ਤੰਗੀ ਨਹੀਂ ਆਉਣ ਦਿੱਤੀ। ਚਲੋ ਜੀ, ਨੈਕਸਟ ਪਾਰਟ ਹੈਗਾ ਆਪਣਾ ਹੋਮ ਸਟੇ ਜਾਣਾ ਅਤੇ ਸਮਾਨ ਰੱਖ ਲੈਣਾ ਉੱਥੇ। ਸੋ ਪਿੰਡ ਦੀ ਐਂਟਰੀ ਇਸ ਵਾਇਆ ਦਿਸ ਪੁਲ, ਇਹ ਪੁਲ ਤੋਂ ਆਪਾਂ ਲੰਘ ਕੇ ਆਪਾਂ ਜਾਵਾਂਗੇ ਪਿੰਡ ਵੱਲ ਹੁਣ। ਓਏ ਹੋਏ ਹੋਏ, ਕਿਆ ਸੀਨ ਹੈ, ਸੈਂਟਰੀ ਗੇਟ ਹੈ ਪਿੰਡ ਦਾ। ਵਿੱਚ ਪੁਰਾਣੇ ਘਰ ਹੈ, ਵਿੱਚ ਨਵੇਂ ਘਰ ਹੈ,
ਸਾਰਾ ਕੁਛ ਮੇਲ ਜੋਲ ਹੀ ਹੈ ਸਾਰੀ ਚੀਜ਼ਾਂ ਦਾ। ਚਾਰੰਗ ਖਾਸ 'ਚ ਨਾਈਟ ਫੋਟੋਗ੍ਰਾਫੀ ਸੈਸ਼ਨ ਲਈ ਜਾ ਰਹੇ ਹਾਂ ਦੋ ਯੁਵਾ ਨੌਜਵਾਨ। ਪਤਾ ਨਹੀਂ ਕੀ ਮਿਲਣਾ ਇਹਨਾਂ ਨੂੰ, ਬਟ ਫਿਰ ਵੀ ਜਾ ਰਹੇ ਹਾਂ। ਘਰ ਦਾ ਗੇਟ, ਪਾਣੀ ਤੇਜ਼ ਹੋ ਚੁੱਕਿਆ, ਧਿਆਨ ਨਾਲ। ਆ ਇੱਥੋਂ ਦਾ ਮੰਦਰ ਹੈ, ਇੱਥੋਂ ਥੱਲੇ ਉਤਰਨਾ ਆਪਾਂ। ਸੋ ਇਹ ਆਪਣੀ ਪਹਿਲੀ ਰਾਤ ਦੇ ਨਾਈਟ ਸ਼ਾਰਟਸ ਬਹੁਤ ਵਧੀਆ ਆਏ ਆ, ਕਿਉਂਕਿ ਮੂਨ ਰਾਈਜ਼ ਜਲਦੀ ਹੋ ਰਿਹਾ ਸੀ, ਇਸ ਕਰਕੇ ਬਾਹਲੇ ਸ਼ਾਰਟਸ ਮੈਂ ਨਹੀਂ ਲੈ ਪਾਇਆ, ਪਰ ਜਿੰਨੇ ਵੀ ਲਏ ਆ ਉਹ ਸਾਰੇ ਪਿੰਡ ਨੂੰ ਆਲਮੋਸਟ ਕਵਰ ਕਰ ਰਹੇ ਹਾਂ। ਆਹ ਦੇਖੋ ਮੂਨ ਰਾਈਜ਼ ਹੋ ਰਿਹਾ, ਤਾਂ ਹੀ ਲਾਈਟਸ ਵਗੈਰਾ ਆ ਰਹੀਆਂ। ਸੋ ਗੁੱਡ ਨਾਈਟ, ਗੁੱਡ ਮਾਰਨਿੰਗ ਫਰੋਮ ਚਾਰੰਗ ਖਾਸ ਐਂਡ ਸੀ ਦਾ ਵਿਊ, ਅਲਟੀਮੇਟ ਸਨਰਾਈਜ਼ ਵਿਊ। ਪਿੱਛੇ ਰਾਂਗਰੀ ਕਰਾਂਗ ਹੈ ਅਤੇ ਸਨ ਇੱਧਰੋਂ 7:45 ਤੱਕ ਆਊਗਾ। ਬਾਕੀ ਮੈਂ ਉੱਪਰ ਜਾ ਕੇ ਦੇਖਦਾ ਵੀ ਕਿੱਦਾਂ ਵਿਊ ਦਿਖ ਰਿਹਾ। ਸੀ ਦਾ ਕਲੋਜ਼ ਅਪ, ਨਾਈਸ।